श्री अमृतपाल सिंह, श्री अमृतपाल सिंह। ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਸਹੁੰ ਚੁੱਕ ਲਈ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਵੱਲੋਂ ਹਾਲੇ ਸਹੁੰ ਨਹੀਂ ਚੁੱਕੀ ਗਈ। ਹਾਲਾਂਕਿ ਜਦੋਂ ਨਾਮ ਲਏ ਜਾ ਰਹੇ ਸੀ ਤਾਂ ਉਸ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਵੀ ਨਾਂ ਬੋਲਿਆ ਗਿਆ ਸੰਸਦ ਦੇ ਵਿੱਚ, ਪਰ ਉਹ ਗੈਰ ਹਾਜ਼ਰ ਸਨ। ਦਰਅਸਲ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ NSA ਦੇ ਤਹਿਤ। ਹਾਲਾਂਕਿ ਉਹ ਖਡੂਰ ਸਾਹਿਬ ਤੋਂ MP ਵਜੋਂ ਜਿੱਤ ਚੁੱਕੇ ਨੇ ਅਤੇ ਰਿਕਾਰਡ ਤੋੜ ਵੋਟਾਂ ਦੇ ਨਾਲ ਉਹਨਾਂ ਨੂੰ ਜਿਤਾਇਆ ਹੈ। ਖਡੂਰ ਸਾਹਿਬ ਵਾਸੀਆਂ ਨੇ 1,97,000 ਤੋਂ ਵੱਧ ਵੋਟਾਂ ਨਾਲ ਉਹ ਜਿੱਤੇ ਨੇ, ਪਰ ਹਾਲੇ ਉਹਨਾਂ ਨੂੰ ਪੈਰੋਲ ਨਹੀਂ ਮਿਲੀ ਹੈ, ਮੁਹਲਤ ਨਹੀਂ ਮਿਲੀ ਹੈ ਕਿ ਉਹ ਸਹੁੰ ਚੁੱਕ ਸਕਣ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਬੰਦ ਨੇ, ਕਦੋਂ ਉਹਨਾਂ ਨੂੰ ਸਹੁੰ ਚੁਕਾਈ ਜਾਣੀ ਹੈ ਇਹ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪਰ ਅੱਜ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਸਹੁੰ ਚੁੱਕੀ ਗਈ ਅਤੇ ਇਸ ਦੌਰਾਨ ਜਦੋਂ ਨਾਮ ਲਏ ਜਾ ਰਹੇ ਸੀ, ਜਦੋਂ ਬੁਲਾਇਆ ਜਾ ਰਿਹਾ ਸੀ ਸਹੁੰ ਚੁੱਕਣ ਦੇ ਲਈ, ਤਾਂ ਉਸ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਵੀ ਬੁਲਾਇਆ ਗਿਆ, ਉਹਨਾਂ ਦਾ ਨਾਂ ਵੀ ਬੋਲਿਆ ਗਿਆ। ਲਿਸਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਮ ਸੀ, ਪਰ ਕਿਉਂਕਿ ਹਾਲੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਆਉਣ ਦੇ ਲਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ, ਪੈਰੋਲ ਨਹੀਂ ਦਿੱਤੀ ਗਈ ਹੈ, ਅਤੇ ਹਾਲੇ ਅੰਮ੍ਰਿਤਪਾਲ ਸਿੰਘ ਸਹੁੰ ਨਹੀਂ ਚੁੱਕ ਸਕੇ। ਹਾਲਾਂਕਿ ਇਸ ਦੇ ਵਿੱਚ ਪ੍ਰੋਵੀਜ਼ਨ ਇਹੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਜਾਵੇਗਾ ਅਤੇ ਚੈਂਬਰ ਦੇ ਵਿੱਚ ਜਾ ਕੇ ਉਹਨਾਂ ਨੂੰ ਸਹੁੰ ਚੁਕਾਈ ਜਾਵੇਗੀ। ਤਾਂ ਇਹ ਕਦੋਂ ਸਹੁੰ ਚੁਕਾਈ ਜਾਂਦੀ ਹੈ ਇਹ ਦੇਖਣਾ ਹੋਵੇਗਾ, ਪਰ ਫਿਲਹਾਲ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਨਹੀਂ ਚੁਕਾਈ ਗਈ। 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਪੰਜਾਬ ਦੇ ਸਹੁੰ ਚੁੱਕ ਲਈ ਗਈ ਹੈ। ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਸੰਸਦ ਦੇ ਵਿੱਚ ਗੂੰਜਿਆ ਹੈ। ਸ਼੍ਰੀ ਅੰਮ੍ਰਿਤਪਾਲ ਸਿੰਘ, ਸ਼੍ਰੀ ਅੰਮ੍ਰਿਤਪਾਲ ਸਿੰਘ। ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਸਹੁੰ ਚੁੱਕ ਲਈ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਵੱਲੋਂ ਹਾਲੇ ਸਹੁੰ ਨਹੀਂ ਚੁੱਕੀ ਗਈ। ਹਾਲਾਂਕਿ ਜਦੋਂ ਨਾਮ ਲਏ ਜਾ ਰਹੇ ਸੀ ਤਾਂ ਉਸ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਵੀ ਨਾਂ ਬੋਲਿਆ ਗਿਆ ਸੰਸਦ ਦੇ ਵਿੱਚ, ਪਰ ਉਹ ਗੈਰ ਹਾਜ਼ਰ ਸਨ। ਦਰਅਸਲ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ NSA ਦੇ ਤਹਿਤ। ਹਾਲਾਂਕਿ ਉਹ ਖਡੂਰ ਸਾਹਿਬ ਤੋਂ MP ਵਜੋਂ ਜਿੱਤ ਚੁੱਕੇ ਨੇ ਅਤੇ ਰਿਕਾਰਡ ਤੋੜ ਵੋਟਾਂ ਦੇ ਨਾਲ ਉਹਨਾਂ ਨੂੰ ਜਿਤਾਇਆ ਹੈ। ਖਡੂਰ ਸਾਹਿਬ ਵਾਸੀਆਂ ਨੇ 1,97,000 ਤੋਂ ਵੱਧ ਵੋਟਾਂ ਨਾਲ ਉਹ ਜਿੱਤੇ ਨੇ, ਪਰ ਹਾਲੇ ਉਹਨਾਂ ਨੂੰ ਪੈਰੋਲ ਨਹੀਂ ਮਿਲੀ ਹੈ, ਮੁਹਲਤ ਨਹੀਂ ਮਿਲੀ ਹੈ ਕਿ ਉਹ ਸਹੁੰ ਚੁੱਕ ਸਕਣ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਬੰਦ ਨੇ, ਕਦੋਂ ਉਹਨਾਂ ਨੂੰ ਸਹੁੰ ਚੁਕਾਈ ਜਾਣੀ ਹੈ ਇਹ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪਰ ਅੱਜ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਸਹੁੰ ਚੁੱਕੀ ਗਈ ਅਤੇ ਇਸ ਦੌਰਾਨ ਜਦੋਂ ਨਾਮ ਲਏ ਜਾ ਰਹੇ ਸੀ, ਜਦੋਂ ਬੁਲਾਇਆ ਜਾ ਰਿਹਾ ਸੀ ਸਹੁੰ ਚੁੱਕਣ ਦੇ ਲਈ, ਤਾਂ ਉਸ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਵੀ ਬੁਲਾਇਆ ਗਿਆ, ਉਹਨਾਂ ਦਾ ਨਾਂ ਵੀ ਬੋਲਿਆ ਗਿਆ। ਲਿਸਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਮ ਸੀ, ਪਰ ਕਿਉਂਕਿ ਹਾਲੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਆਉਣ ਦੇ ਲਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ, ਪੈਰੋਲ ਨਹੀਂ ਦਿੱਤੀ ਗਈ ਹੈ, ਅਤੇ ਹਾਲੇ ਅੰਮ੍ਰਿਤਪਾਲ ਸਿੰਘ ਸਹੁੰ ਨਹੀਂ ਚੁੱਕ ਸਕੇ। ਹਾਲਾਂਕਿ ਇਸ ਦੇ ਵਿੱਚ ਪ੍ਰੋਵੀਜ਼ਨ ਇਹੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਜਾਵੇਗਾ ਅਤੇ ਚੈਂਬਰ ਦੇ ਵਿੱਚ ਜਾ ਕੇ ਉਹਨਾਂ ਨੂੰ ਸਹੁੰ ਚੁਕਾਈ ਜਾਵੇਗੀ। ਤਾਂ ਇਹ ਕਦੋਂ ਸਹੁੰ ਚੁਕਾਈ ਜਾਂਦੀ ਹੈ ਇਹ ਦੇਖਣਾ ਹੋਵੇਗਾ, ਪਰ ਫਿਲਹਾਲ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਨਹੀਂ ਚੁਕਾਈ ਗਈ। 13 ਦੇ ਵਿੱਚੋਂ 12 ਸੰਸਦਾਂ ਦੇ ਵੱਲੋਂ ਪੰਜਾਬ ਦੇ ਸਹੁੰ ਚੁੱਕ ਲਈ ਗਈ ਹੈ। ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਸੰਸਦ ਦੇ ਵਿੱਚ ਗੂੰਜਿਆ ਹੈ।